ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ, ਜਿੱਥੇ ਕਾਂਗਰਸ ਪਾਰਟੀ ਵੱਲੋਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਅਕਾਲੀ ਦਲ ਪਾਰਟੀ ਵੱਲੋਂ ਲਖਬੀਰ ਸਿੰਘ ਲੋਧੀਨਗਰ ਚੋਣ ਮੈਦਾਨ ਦੇ ਵਿੱਚ ਹਨ। ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਸਾਬਕਾ ਫੌਜੀ ਬਲਬੀਰ ਸਿੰਘ ਪੰਨੂ ਚੋਣ ਮੈਦਾਨ ਵਿੱਚ ਹਨ ਅਤੇ ਕਰੜੀ ਟੱਕਰ ਦੇ ਰਹੇ ਹਨ। ਬਲਬੀਰ ਸਿੰਘ ਪੰਨੂ ਦਾ ਕਹਿਣਾ ਹੈ ਕਿ ਪੰਜਾਬ ਦੀ ਜੋ ਜਵਾਨੀ ਨਸ਼ੇ ਵਿੱਚ ਗਲਤਾਨ ਹੋ ਰਹੀ ਹੈ, ਜਾਂ ਉਹ ਨੌਜਵਾਨ ਜੋ ਨਸ਼ੇ ਕਰਕੇ ਆਪਣੀਆਂ ਜਾਨਾਂ ਗਵਾ ਚੁੱਕੇ ਹਨ, ਉਹਨਾਂ ਦੇ ਪਰਿਵਾਰਾਂ ਦੀ ਇਹ ਲੜਾਈ ਹੈ ਅਤੇ ਨਸ਼ੇ ਖਿਲਾਫ ਇਹ ਮੁੱਖ ਮੁਹਿੰਮ ਹੈ ਅਤੇ ਚੋਣ ਪ੍ਰਚਾਰ ਦਾ ਇਹੋ ਹੀ ਮੁੱਖ ਮੁੱਦਾ ਬਣਨਗੇ। ਆਪਣੇ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਨੁੱਕੜ ਮੀਟਿੰਗਾਂ ਕੀਤੀਆਂ, ਪਿੰਡਾਂ ਵਿੱਚ ਜਾ ਕੇ ਇਸ ਮੁੱਦੇ ਬਾਰੇ ਗੱਲਬਾਤ ਲੋਕਾਂ ਨਾਲ ਕੀਤੀ ਅਤੇ ਵੋਟਾਂ ਮੰਗੀਆਂ। ਬਲਬੀਰ ਸਿੰਘ ਪੰਨੂ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਵੱਖ ਵੱਖ ਸਰਕਾਰਾਂ ਨੇ ਰਾਜ ਕੀਤਾ ਹੈ, ਉਹਨਾਂ ਸਰਕਾਰਾਂ ਨੇ ਹੀ ਲੋਕਾਂ ਨੂੰ ਦਬਾਇਆ ਹੈ ਅਤੇ ਉਹਨਾਂ ਦੀ ਗੱਲ ਨਹੀਂ ਸੁਣੀ। ਉਹਨਾਂ ਇਹ ਵੀ ਕਿਹਾ ਕਿ ਲੋਕ ਹੁਣ ਜਾਗਰੂਕ ਹੋ ਚੁੱਕੇ ਹਨ ਅਤੇ ਮੰਤਰੀਆਂ ਨੂੰ ਸਵਾਲ ਪੁੱਛ ਰਹੇ ਹਨ, ਜਿਸ ਦਾ ਜਵਾਬ ਉਹਨਾਂ ਲੋਕਾਂ ਕੋਲ ਨਹੀਂ ਹੈ ਜੋ ਕਿ ਮੰਤਰੀ ਬਣ ਕੇ ਪਹਿਲਾਂ ਰਾਜ ਕਰ ਚੁੱਕੇ ਹਨ। ਇਸ ਕਰਕੇ ਲੋਕ ਤੜਾ ਤੜ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਹੀ ਸੱਚੀ ਸੁੱਚੀ ਸਰਕਾਰ ਦੇ ਸਕਦੀ ਹੈ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਆਵੇਗੀ। ਵੇਖੋ ਜੀ, ਜਿਹੜਾ ਪੰਜਾਬ ਦੇ ਵਿੱਚ ਜੋ ਸਿਆਸਤਦਾਨਾਂ ਨੇ ਇਹ ਚੋਣ ਮੈਦਾਨ ਨੂੰ ਇੱਕ ਆਪਣਾ ਕਾਰੋਬਾਰ ਬਣਾ ਲਿਆ ਸੀ, ਅਤੇ ਜਿਹੜੀ ਤੁਸੀਂ ਬਾਰਡਰ ਦੀ ਗੱਲ ਕਰਦੇ ਸੀ, ਉੱਥੇ ਸਾਨੂੰ ਸਾਡੇ ਦੁਸ਼ਮਣ ਦਾ ਪਤਾ ਸੀ। ਇੱਥੇ ਸਾਡੇ ਦੁਸ਼ਮਣ ਸਾਡੇ ਵਿੱਚ ਬੈਠੇ ਸੀ, ਸਾਡੇ ਆਪਣੇ ਦੁਸ਼ਮਣ ਸੀ। ਇਹ ਸਾਡੇ ਆਪਣਿਆਂ ਦੁਸ਼ਮਣਾਂ ਨੂੰ ਪਰਖਣ ਲਈ, ਸਮਝਣ ਲਈ ਸਾਨੂੰ ਬਾਹਰ ਆਉਣਾ ਪੈਣਾ ਸੀ। ਅਸੀਂ ਆਪਣੇ ਮਾਮਾ ਚਾਚਾ ਤਾਇਆ ਦੇਖਦੇ ਰਹਿੰਦੇ ਅਤੇ ਸਾਡੇ ਬੱਚਿਆਂ ਦਾ ਭਵਿੱਖ ਨਹੀਂ ਸੀ ਬਚਣਾ। ਸਾਨੂੰ ਸਾਰਿਆਂ ਨੂੰ ਆਪਣੇ ਬੱਚਿਆਂ ਨੂੰ ਬਚਾਉਣ ਲਈ ਆਪਣੇ ਚਾਚੇ ਤਾਇਆ ਸਰਪੰਚਾਂ ਤੋਂ ਬੁਰਾ ਬਣਨਾ ਪੈਣਾ। ਜੇ ਅੱਜ ਅਸੀਂ ਨਾ ਬੁਰੇ ਬਣੇ ਤਾਂ ਸਾਡੇ ਬੱਚਿਆਂ ਨੂੰ ਬੁਰਾ ਬਣਨਾ ਪੈਣਾ। ਸਾਨੂੰ ਰਲ ਮਿਲ ਕੇ ਪੰਜਾਬ ਨੂੰ ਬਚਾਉਣ ਵਾਸਤੇ ਆਪਣੇ ਘਰਾਂ ਨੂੰ ਬਾਹਰ ਨਿਕਲਣਾ ਪੈਣਾ ਹੈ ਜੀ। ਸਭ ਤੋਂ ਵੱਡਾ ਮੁੱਦਾ ਅੱਜ ਜੋ ਸਾਡੇ ਮਾਝੇ ਦੇ ਵਿੱਚ ਪੂਰੇ ਮਾਝੇ ਦਾ ਨਸ਼ੇ ਦਾ ਬਹੁਤ ਘਾਣ ਹੋ ਚੁੱਕਾ ਹੈ। 22-22 ਸਾਲ ਦੇ ਬੱਚੇ ਆਪਣੀਆਂ ਮਾਵਾਂ ਨੂੰ ਛੱਡ ਕੇ ਚਲੇ ਗਏ ਨੇ। ਸਾਡੇ ਯੂਥ ਜਿਹੜਾ ਅੱਜ ਜਿਨ੍ਹਾਂ ਨੇ ਖੇਡਾਂ ਦੇ ਮੈਦਾਨ ਦੇ ਵਿੱਚ ਯੋਧਿਆਂ ਨੇ ਸੋਨੇ ਦੇ ਤਗਮੇ ਲੈ ਕੇ ਆਉਣੇ ਸੀ, ਅੱਜ ਉਹ ਨਸ਼ੇ ਦੇ ਟੀਕੇ ਲਾਉਣ ਡੇ ਨੇ। ਜਿਨ੍ਹਾਂ ਨੇ ਡਿਗਰੀਆਂ ਕਰਕੇ ਕਿਤੇ ਵਧੀਆ ਵਧੀਆ ਸਰਕਾਰੀ ਕੁਰਸੀਆਂ 'ਤੇ ਬੈਠੇ ਹੋਣਾ ਸੀ, ਅੱਜ ਉਹ ਨਸ਼ੇ ਦੇ ਟੀਕੇ ਲਾ ਰਹੇ ਨੇ। ਸਾਡੇ ਪੰਜਾਬ ਦਾ ਨਸ਼ੇ ਨੇ ਘਾਣ ਕਰ ਦਿੱਤਾ ਹੈ ਜੀ। ਜਿਹੜੀ ਗੱਲ ਮੰਤਰੀ ਦੀ ਕਰੀਏ, ਜੋ ਮੰਤਰੀਆਂ ਨੇ ਕੀਤਾ 75 ਸਾਲ, ਇਹ ਸਾਰੀ ਸੰਗਤ ਜਾਣਦੀ ਹੈ। ਮੰਤਰੀ ਸੰਗਤ ਨੇ ਬਣਾਏ ਸੀ, ਮੰਤਰੀ ਕੋਈ ਘਰ ਤੋਂ ਬਣ ਕੇ ਨਹੀਂ ਆਉਂਦਾ। ਇਹ ਸੰਗਤ ਦੀ ਸੇਵਾ ਕਰਨੀ ਸੀ, ਇਹਨਾਂ ਸੰਗਤ ਦੀ ਸੇਵਾ ਨਹੀਂ ਕੀਤੀ, ਸੰਗਤ 'ਤੇ ਪਰਚੇ ਕਰਾਏ, ਸਾਡੇ ਹੱਕ ਨਹੀਂ ਸਾਨੂੰ ਦਿੱਤੇ ਗਏ। ਸੰਗਤ ਅੱਜ ਪਿੰਡਾਂ ਦੇ ਵਿੱਚ ਜਦੋਂ ਇਹ ਜਾਂਦੇ ਨੇ, ਤੁਸੀਂ ਵੀ ਦੇਖਦੇ ਹੋਵੋਗੇ, ਸੰਗਤ ਇਹਨਾਂ ਨੂੰ ਸਵਾਲ ਪੁੱਛਦੀ ਹੈ ਅਤੇ ਇਹਨਾਂ ਨੂੰ ਜਵਾਬ ਨਹੀਂ ਆਉਂਦਾ। ਇਹ ਸਰਕਾਰਾਂ ਨੇ ਸਾਨੂੰ ਦਬਾਇਆ, ਕੁੱਟਿਆ, ਲੁੱਟਿਆ, ਸਾਨੂੰ ਸਾਡੇ ਹੱਕਾਂ ਲਈ ਬੋਲਣ ਨਹੀਂ ਦਿੱਤਾ। ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਇੱਕ ਸੱਚਾ ਸੁੱਚਾ ਚਿਹਰਾ ਨੇ। ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਗੁਰਪ੍ਰੀਤ ਸਿੰਘ, ਗੁਰਦਾਸਪੁਰ ਦੀ ਰਿਪੋਰਟ।